ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋਰ ਤੇ ਇਸ ਵੀਡੀਓ ਵਿੱਚ ਕੰਪਿਊਟਰ ਦੇ ਪ੍ਰੀਵੀਅਸ ਜਿਹੜੇ ਸਾਲ ਗਏ ਆ ਆਪਣੇ 2020 ਤੇ 21 ਵਿੱਚ ਮੇਨ ਮੇਨ ਕੁਐਸਚਨ ਇਨਕਲੂਡ ਨੇ ਜਿਹੜੇ ਪ੍ਰੀਵੀਅਸ ਇਅਰ ਵਿੱਚ ਆਏ ਨੇ ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਜੇ ਹੁਣ ਤੁਸੀਂ ਇਹ 15 ਕੁਐਸਚਨ ਦੇ 15 ਕੁਐਸਚਨ ਵਿੱਚ 12 ਕੁਐਸਚਨ ਵੀ ਕਮੈਂਟ ਵਿੱਚ ਮੇਰੇ ਆਨਸਰ ਦੱਸਣ ਤੋਂ ਪਹਿਲਾਂ ਕਮੈਂਟ ਕਰਤੇ ਤਾਂ ਇਸ ਦਾ ਮਤਲਬ ਤੁਹਾਡਾ ਕੰਪਿਊਟਰ ਦੀ ਜਿਹੜੀ ਤਿਆਰੀ ਆ ਉਹ ਪਰਫੈਕਟ ਹੈ ਕਵੈਸਚਨ ਨੂੰ ਰੀਡ ਕਰਨ ਤੋਂ ਬਾਅਦ ਜੇ ਤੁਹਾਨੂੰ ਆਨਸਰ ਪਤਾ ਹੈ ਤਾਂ ਵੀਡੀਓ ਵਿੱਚ ਕਮੈਂਟ ਜਰੂਰ ਕਰਦੇ ਰਹੋ ਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਚੈੱਕ ਕਰਦੇ ਰਹੋ ਕਿ ਹਾਂ ਮੇਰੀ ਐਨੀ ਤਿਆਰੀ ਹੈ ਓਕੇ ਤਾਂ ਸਭ ਤੋਂ ਪਹਿਲਾ ਕਵੈਸਚਨ ਨੰਬਰ 1 ਦੀ ਗੱਲ ਕਰੀਏ ਕੰਪਿਊਟਰ ਦੇ ਪਿਤਾ ਵਜੋਂ ਕੌਣ ਜਾਣਿਆ ਜਾਂਦਾ ਹੈ ਮਤਲਬ ਫਾਦਰ ਆਫ ਕੰਪਿਊਟਰ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਤੁਹਾਡੇ ਕੋਲ ਨੀਚੇ ਨੇ ਆਪਸ਼ਨ A ਚਾਰਲਸ ਬੈਬੇਜ ਆਪਸ਼ਨ ਨੰਬਰ B ਐਲਨ ਮਸਕ ਆਪਸ਼ਨ ਨੰਬਰ C ਡਾਕਟਰ ਜੋਂਥਨ ਇਸ ਤੋਂ ਇਲਾਵਾ ਆਪਸ਼ਨ ਨੰਬਰ D ਰੀ ਟੌਮਿਲਸਨ ਜੇ ਤੁਹਾਨੂੰ ਇਸ ਦਾ ਜਵਾਬ ਪਤਾ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਐਂਡ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਫਾਦਰ ਕਿਹਾ ਜਾਂਦਾ ਹੈ ਓਕੇ ਕਿਉਂਕਿ ਕਿਉਂ ਕਿਹਾ ਜਾਂਦਾ ਇਸ ਨੇ ਸਭ ਤੋਂ ਪਹਿਲਾ ਕੰਪਿਊਟਰ ਬਣਾਇਆ ਸੀ ਜਿਸ ਦਾ ਨਾਮ ਸੀ ਐਨਾਲੈਟਿਕਲ ਇੰਜਨ ਸੀ ਤੇ ਇਹ ਕਦੋਂ ਬਣਾਇਆ ਸੀ 1837 ਵੀ ਵਿੱਚ ਇਸ ਨੇ ਬਣਾਇਆ ਸੀ ਓਕੇ ਦੋਸਤੋ ਉਮੀਦ ਹੈ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੋਵੇਗਾ ਐਂਡ ਦੋਸਤੋ ਜੇ ਤੁਸੀਂ ਕੰਪਿਊਟਰ ਦੇ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਸਿਰਫ 44 ਰੁਪਏ ਵਿੱਚ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇ ਕਰ ਸਕਦੇ ਹੋ ਕਾਫੀ ਕੈਂਡੀਡੇਟ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਇ ਕਰ ਲਈ ਹੈ ਜੇ ਤੁਸੀਂ ਵੀ ਆਪਣੀ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਜਰੂਰ ਇਸ ਪੀਡੀਐਫ ਫਾਈਲ ਨੂੰ ਬਾਇ ਕਰ ਲਓ ਓਕੇ ਇਸ ਸਮੇਂ ਸੈਕਿੰਡ ਕੁਐਸਚਨ ਨਿਕਾਲਣ ਲਈ ਕੰਪਿਊਟਰ ਵਿੱਚ ਕਿੰਨੇ ਤਰ੍ਹਾਂ ਦੀ ਮੈਮਰੀ ਹੁੰਦੀ ਹੈ ਆਪਾਂ ਆਪਸ਼ਨ ਤੁਹਾਡੇ ਸਾਹਮਣੇ ਨੀਚੇ ਨੇ ਆਪਸ਼ਨ ਨੰਬਰ A ਚਾਰ ਤਰ੍ਹਾਂ ਦੀ ਆਪਸ਼ਨ ਨੰਬਰ B ਦੋ ਤਰ੍ਹਾਂ ਦੀ ਆਪਸ਼ਨ ਨੰਬਰ C ਅਤੇ অপਸ਼ਨ ਚ ਥੋੜੀ ਮਿਸਟੇਕ ਆ অপਸ਼ਨ ਨੰਬਰ ਸੀ 6 ਟਾਈਪ ਦੀ অপਸ਼ਨ ਨੰਬਰ ਡੀ 8 ਟਾਈਪ ਦੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਬੀ 2 ਟਾਈਪ ਦੀ ਮੈਮਰੀ ਹੁੰਦੀ ਹੈ ਕੰਪਿਊਟਰ ਵਿੱਚ ਇੱਕ ਤਾਂ ਹੁੰਦੀ ਹੈ ਪ੍ਰਾਇਮਰੀ ਮੈਮਰੀ ਤੇ ਦੂਜੀ ਹੁੰਦੀ ਹੈ ਸੈਕੰਡਰੀ ਮੈਮਰੀ ਓਕੇ ਤੇ ਕੁਐਸਚਨ ਨੰਬਰ 3 ਦੀ ਗੱਲ ਕਰੀਏ ALU ਦਾ ਪੂਰਾ ਨਾਮ ਕੀ ਹੈ ਦੋਸਤੋ ਲਗਭਗ ਹਰ ਐਗਜ਼ਾਮ ਵਿੱਚ ਇਹ ਕੁਐਸਚਨ ਰਿਪੀਟ ਹੁੰਦਾ ਹੈ ਤਾਂ ਵਰਕੇ ਯਾਦ ਰੱਖ ਲਿਓ ਕਨਫਿਊਜ਼ਨ ਨਾ ਹੋਵੇ ਕੋਈ ਵੀ ਤਾਂ অপਸ਼ਨ ਤੁਹਾਡੇ ਸਾਹਮਣੇ ਆ ਨੀਚੇ ਆ এ ਅਰਥਮੈਟਿਕ ਲੈਸਨ ਅੰਡਰ অপਸ਼ਨ ਨੰਬਰ ਬੀ ਐਰੀ ਲੌਜਿਕ ਯੂਨਿਟ অপਸ਼ਨ ਨੰਬਰ ਸੀ ਅਰਥਮੈਟਿਕ ਲੌਜਿਕ ਯੂਨਿਟ অপਸ਼ਨ ਨੰਬਰ ਡੀ ਨਨ ਆਫ ਥਿਸ ਜੇ ਤੁਹਾਨੂੰ ਸਵਾਲ ਦਾ ਜਵਾਬ ਪਤਾ ਹੈ ਤਾਂ ਵੀਡੀਓ ਵਿੱਚ ਆਈ ਹੋਪ ਤੁਸੀਂ ਕਮੈਂਟ ਆਲਰੇਡੀ ਕਰ ਦਿੱਤਾ ਹੋਵੇਗਾ ਐਂਡ ਇਸ ਦਾ ਰਾਈਟ ਆਨਸਰ ਜਿਹੜਾ ਹੋ ਜਾਵੇਗਾ ਉਹ ਅਰਥਮੈਟਿਕ ਲੌਜਿਕ ਯੂਨਿਟ ਇਹ ALU ਦੀ ਪੂਰੀ ਫਾਰਮ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਸੋਰੀ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਇੱਥੇ ਸਪੈਲਿੰਗ ਥੋੜੀ ਮਿਸਟੇਕ ਹੋ ਗਈ ਐਡੀਟਰ ਨੇ ਪਤਾ ਨਹੀਂ ਕੀ ਕੀਤਾ ਤੇ ਕੁਐਸਚਨ ਨੰਬਰ 4 ਦੀ ਗੱਲ ਕਰੀਏ IBM 1401 ਇਹ ਕੀ ਹੈ ਤਾਂ ਆਪਸ਼ਨ ਇੱਥੇ ਚੈੱਕ ਕਰ ਲੋ ਸੌਫਟਵੇਅਰ ਹੈ ਵਾਇਰਸ ਹੈ ਜਾਂ ਕੰਪਿਊਟਰ ਹੈ ਜਾਂ ਮਾਊਸ ਤਾਂ ਅੱਜ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਇਹ ਕੰਪਿਊਟਰ ਹੈ ਇਹ ਸੈਕਿੰਡ ਜਨਰੇਸ਼ਨ ਦਾ ਕੰਪਿਊਟਰ ਹੈ ਓਕੇ ਯਾਦ ਰੱਖਿਓ ਐਗਜ਼ਾਮ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਹੋਣਗੇ ਤੁਹਾਨੂੰ ਤੇ ਕੁਐਸਚਨ ਵਿੱਚ ਕੀ ਲਿਖਿਆ ਹੋਵੇਗਾ ਇਹਨਾਂ ਵਿੱਚੋਂ ਸੈਕੰਡ ਜਨਰੇਸ਼ਨ ਦਾ ਕੰਪਿਊਟਰ ਦੇ ਕਿਹੜੇ ਐਗਜ਼ਾਮਪਲ ਹੈ ਤਾਂ ਯਾਦ ਰੱਖਿਓ IBM 1401 ਕਾਫੀ ਕਾਮਯਾਬ ਕੰਪਿਊਟਰ ਸੀ ਦੂਜੀ ਪੀੜੀ ਦੇ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਸ਼ਿਫਟ ਤੇ ਡਿਲੀਟ ਦੀ ਵਰਤੋਂ ਕੀ ਕਰਦੀਆਂ ਮਤਲਬ ਆਪਾਂ ਜਦੋਂ ਆਪਣੇ ਕੀਬੋਰਡ 'ਚ ਸ਼ਿਫਟ ਪਲੱਸ ਕੀ ਦਬਦਿਆਂ ਤਾਂ ਆਪਾਂ ਨੂੰ ਆਉਟਪੁੱਟ ਕੀ ਮਿਲਦਾ ਹੈ অপਸ਼ਨ ਇੱਥੇ ਹੈ ਟੈਂਪਰੇਰੀ ਡਿਲੀਟ ਹੋ ਜਾਂਦਾ ਜਦੋਂ ਆਪਾਂ ਸ਼ਿਫਟ ਤੇ ਡਿਲੀਟ ਨਾ ਆਪਣੇ ਆ ਜਾਂ रिकवरेबल डिलीट ਹੋ ਜਾਂਦਾ ਕੱਟ ਹੋ ਜਾਂਦਾ ਵੀ ਰਿਕਵਰ ਕਰ ਸਕਦੇ ਜਿਸ ਨੂੰ ਜਾਂ ਅੰਡੋ ਫਾਈਲ ਅੰਡੋ ਹੋ ਜਾਂਦੀ ਹੈ ਜਾਂ ਪਰਮਾਨੈਂਟਲੀ ਡਿਲੀਟ ਹੋ ਜਾਂਦਾ ਓਕੇ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ਜਦੋਂ ਆਪਾਂ ਸ਼ਿਫਟ ਤੇ ਡਿਲੀਟ ਨੱਪਦੇ ਆ ਇੱਕ ساتھ ਨੱਪਦੇ ਆ ਤਾਂ ਪਰਮਾਨੈਂਟਲੀ ਡਿਲੀਟ ਹੋ ਜਾਂਦਾ ਇਹ ਰੀਸਾਈਕਲ ਬਿਨ ਵਿੱਚ ਨਹੀਂ ਜਾਂਦਾ ਇਹ ਨਾ ਮੁੜ ਕੇ ਮਤਲਬ ਕਿ ਰਿਕਵਰ ਹੁੰਦਾ ਜੇ ਆਪਾਂ ਸ਼ਿਫਟ ਪਲੱਸ ਡਿਲੀਟ ਨੱਪਦੇ ਆ ਓਕੇ ਇਸ ਤੋਂ ਬਾਅਦ ਗੱਲ ਕਰੀਏ ਕੁਐਸਚਨ ਨੰਬਰ 6 ਦੀ ਅੱਜਕੱਲ੍ਹ ਦਾ ਵਰਲਡ ਸੁਪਰ ਕੰਪਿਊਟਰ ਮਤਲਬ ਕਿ ਵਰਤਮਾਨ ਦਾ ਸਾਰੇ ਵਰਲਡ ਦਾ ਸੁਪਰ ਕੰਪਿਊਟਰ ਦਾ ਨਾਮ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਗ੍ਰੇਵਨ ਆਪਸ਼ਨ ਨੰਬਰ ਬੀ ਫੁਗਾਕੂ ਆਪਸ਼ਨ ਨੰਬਰ ਸੀ ਪਰਮ ਆਪਸ਼ਨ ਨੰਬਰ ਡੀ ਪਰਤੂਤੋਸ਼ ਤਾਂ ਜਿਹੜਾ ਇਸ ਦਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਬੀ ਫੁਗਾਕੂ ਹੈ ਜਿਹੜਾ ਅੱਜ ਦੇ ਟਾਈਮ ਹੈ ਅਸ ਦਾ ਟਾਈਮ ਦਾ ਜਿਹੜਾ ਪੂਰੇ ਸੰਸਾਰ ਦਾ ਸੁਪਰ ਕੰਪਿਊਟਰ ਹੈ ਤੇ ਜਿਹੜਾ ਇਹ ਫੁਗਾਕੂ ਕੰਪਿਊਟਰ ਹੈ ਕਿੰਨੇ ਨੇ ਬਣਾਇਆ ਇਹ ਜਾਪਾਨ ਵੱਲੋਂ बनाया गया है ओके क्वेश्चन पूछ लिया जाता है एग्जाम में यह कि फुगाकू कंप्यूटर जो सुपर कंप्यूटर है वह किड़े देश ने बनाया तो जापानी याद रखो इस बाद क्वेश्चन नंबर अठ की गल करिए विश्व का पहला कंप्यूटर नैटवर्क का नाम दसो तो ऑप्शन थोड़े सामने इंटरकोर ऑप्शन नंबर बी है सैनसुई ऑप्शन नंबर सी आरपनैट ऑप्शन नंबर डी नन ऑफ दे इसका जो राइट आंसर होगा ऑप्शन नंबर सी आर्पनैट है जोड़ा विश्व का ਪਹਿਲਾ ਕੰਪਿਊਟਰ ਨੈਟਵਰਕ ਹੈ ਇਹ ਅਮਰੀਕਾ ਨੇ ਬਣਾਇਆ ਸੀ ਤੇ ਕਾਦੇ ਪਾਸੋਂ ਬਣਾਇਆ ਸੀ ਅਮਰੀਕਾ ਨੇ ਆਪਣੀ ਆਰਮੀ ਵਾਸਤੇ ਇਹ ਸਭ ਤੋਂ ਪਹਿਲਾਂ ਬਣਾਇਆ ਸੀ ਤੇ ਕਈ ਵਾਰ ਐਗਜ਼ਾਮ ਵਿੱਚ ਇਸ ਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਤਾਂ ਯਾਦ ਰੱਖਿਓ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ ਇਸ ਦੀ ਫੁੱਲ ਫਾਰਮ ਹੈ ਓਕੇ ਤੇ ਕੁਐਸਚਨ ਨੰਬਰ 8 ਦੀ ਗੱਲ ਕਰੀਏ ਯੂਆਰਐਲ ਦਾ ਪੂਰਾ ਰੂਪ ਕੀ ਹੈ ਐਗਜ਼ਾਮ ਵਿੱਚ ਬਹੁਤ ਹੀ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਹੈ ਤਾਂ ਯਾਦ ਰੱਖਿਓ ਯੂਆਰਐਲ ਦੀ ਜਿਹੜੀ ਫੁੱਲ ਮੀਨਿੰਗ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਇਸ ਦੀ ਫੁੱਲ ਜਿਹੜਾ ਰੂਪ ਹੈ ਓਕੇ ਕੁਐਸਚਨ ਨੰਬਰ 9 ਦੀ ਗੱਲ ਕਰੀਏ ਯੂਐਸਪੀ ਦਾ ਪੂਰਾ ਰੂਪ ਕੀ ਹੈ ਇਹ ਕੁਐਸਚਨ ਵੀ ਕਾਫੀ ਵਾਰੀ ਇਗਜ਼ਾਮ ਵਿੱਚ ਆ ਚੁੱਕਾ ਹੈ ਤਾਂ ਯੂਐਸਪੀ ਦਾ ਜਿਹੜਾ ਪੂਰਾ ਰੂਪ ਹੈ ਆਪਸ਼ਨ ਤੁਹਾਡੇ ਸਾਹਮਣੇ ਨੀਚੇ ਹੈ ਜੇ ਤੁਹਾਨੂੰ ਸਵਾਲ ਦਾ ਜਵਾਬ ਆਉਂਦਾ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਤੇ ਇਸ ਦਾ ਰਾਈਟ ਆਨਸਰ ਜਿਹੜਾ ਹੋਵੇਗਾ ਆਪਸ਼ਨ ਨੰਬਰ ਸੀ ਯੂਨੀਵਰਸਲ ਸੀਰੀਅਲ ਬੱਸ ਯੂਐਸਪੀ ਦਾ ਪੂਰਾ ਰੂਪ ਹੈ ਅੱਗੇ ਕੁਐਸਚਨ ਨੰਬਰ 10 ਦੀ ਗੱਲ ਕਰੀਏ ਮੋਡਮ ਦਾ ਪੂਰਾ ਰੂਪ ਕੀ ਹੈ ਇਹ ਵੀ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਕਾਫੀ ਐਗਜ਼ਾਮ ਵਿੱਚ ਆਇਆ ਆਈ ਥਿੰਕ ਇਹ ਪਿਛਲੀ ਵਾਰ 서ਬ ਇੰਸਪੈਕਟਰ ਦੇ ਐਗਜ਼ਾਮ ਵਿੱਚ ਆਇਆ ਸੀ ਤੇ ਮੋਡਮ ਦਾ ਪੂਰਾ ਨਾਮ ਕੀ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਮੋਡੂਲੇਟਰ ਟੀ ਮੋਡੂਲੇਟਰ ਇਸ ਦੀ ਫੁੱਲ ਫਾਰਮ ਹੈ ਓਕੇ ਕੁਐਸਚਨ ਨੰਬਰ 11 ਦੀ ਗੱਲ ਕਰੀਏ 1 ਮੈਗਾਬਾਈਟ ਵਿੱਚ ਕਿੰਨੇ ਬਾਈਟ ਸ਼ਾਮਿਲ ਹੁੰਦੇ ਨੇ ਦੇਖੋ ਦੋਸਤੋ ਕਨਫਿਊਜ਼ਨ ਹੋਗਾ ਇੱਥੇ ਕਿ 1 ਮੈਗਾਬਾਈਟ ਲਿਖਿਆ ਤੇ ਪੁੱਛਿਆ ਗਿਆ ਕਿੰਨੇ ਬਾਈਟ ਇਨਕਲੂਡ ਹੁੰਦੇ ਨੇ ਦਾ ਸ਼ਾਮਿਲ ਹੁੰਦੇ ਨੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੀਚੇ ਆ ਤੇ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ 1 ਮੈਗਾਬਾਈਟ ਵਿੱਚ 1024 KB ਇਨਕਲੂਡ ਹੁੰਦੇ ਨੇ ਓਕੇ ਇਹ ਅੱਥੇ ਆਪਾਂ ਇੱਕ ਵਾਰੀ ਥਾਂ ਨਾਲ ਸਮਝ ਲਈਏ ਮੈਗਾਬਾਈਟ ਦੀ ਕਿੰਮ ਵਰਗ ਐਗਜ਼ਾਮ ਵਿੱਚ ਫੁੱਲ ਫਾਰਮ ਪੁੱਛ ਲਈ ਪੁੱਛ ਲਈ ਜਾਂਦੀ ਆ MB ਦੀ ਫੁੱਲ ਫਾਰਮ ਕੀ ਆ MB ਦੀ ਜਿਹੜੀ ਫੁੱਲ ਫਾਰਮ ਹੈ ਉਹ ਮੈਗਾਬਾਈਟ ਹੈ ਤੇ KB ਦੀ ਫੁੱਲ ਫਾਰਮ ਪੁੱਛ ਲਈ ਜਾਵੇ ਤਾਂ ਯਾਦ ਰੱਖਿਓ किलोवाट केवी दी फुल फॉर्म है ओके क्वेश्चन नंबर 12 ਦੀ ਗੱਲ ਕਰੀ ਇੱਕ ਗੀਗਾਬਾਈਟ ਵਿੱਚ ਇੱਥੇ ਹੁਣ ਦੇਖੋ ਗੀਗਾਬਾਈਟ ਬਾਰੇ ਪੁੱਛਿਆ ਗਿਆ ਉਸ ਵਿੱਚ ਕਿੰਨੇ ਬਾਈਟ ਸ਼ਾਮਿਲ ਹੁੰਦੇ ਨੇ ਤਾਂ ਯਾਦ ਰੱਖਿਓ 1024 ਮੈਗਾਬਾਈਟ ਹੁੰਦੇ ਨੇ ਇਸ ਵਿੱਚ ਓਕੇ ਇੱਥੇ ਕਨਫਿਊਜ਼ਨ ਹੋਇਆ ਜਿਹੜੇ ਇੱਥੇ ਕੁਐਸਚਨ ਸੀ ਮੈਗਾਬਾਈਟ ਦਾ ਸੀ ਉਸ ਵਿੱਚ 1024 ਕੇਵੀ ਹੁੰਦੇ ਆ ਅਤੇ ਜਿਹੜਾ ਗੀਗਾਬਾਈਟ ਬਾਰੇ ਪੁੱਛਿਆ ਗਿਆ ਉਸ ਵਿੱਚ ਆਪਸ਼ਨ ਨੰਬਰ B 1024 ਸੋ ਵੀ ਐਮ ਵੀ ਹੁੰਦੀ ਹੈ ਓਕੇ ਤੇ ਗੀਗਾਬਾਈਟ ਦੀ ਜੀਬੀ ਦੀ ਫੁੱਲ ਫਾਰਮ ਗੀਗਾਬਾਈਟ ਹੈ ਇਹ ਤੁਹਾਨੂੰ ਆਲਰੇਡੀ ਪਤਾ ਲੱਗ ਗਿਆ ਹੋਵੇਗਾ ਕੁਐਸਚਨ ਨੰਬਰ 13 ਦੀ ਗੱਲ ਕਰੀਏ ਹੱਬ ਕੀ ਹੈ ਤਾਂ ਆਪਸ਼ਨ ਏ ਸੌਫਟਵੇਅਰ ਹੈ ਇਹ ਆਪਸ਼ਨ ਨੰਬਰ ਬੀ ਗੇਮਿੰਗ ਡਿਵਾਈਸ ਹੈ ਆਪਸ਼ਨ ਨੰਬਰ ਸੀ ਨੈਟਵਰਕ ਡਿਵਾਈਸ ਹੈ ਆਪਸ਼ਨ ਨੰਬਰ ਡੀ ਇਨਪੁਟ ਡਿਵਾਈਸ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਨੈਟਵਰਕ ਡਿਵਾਈਸ ਹੈ ਇਹ ਕੁਐਸਚਨ ਨੰਬਰ 14 ਦੀ ਗੱਲ ਕਰੀਏ ਐਸ ਐਮ ਟੀ ਪੀ ਦਾ ਪੂਰਾ ਰੂਪ ਕੀ ਹੈ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਸ ਐਮ ਟੀ ਦਾ ਪੂਰਾ ਰੂਪ ਹੈ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ 옵ਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਤੇ ਜਿਹੜੀ ਇਹ ਪ੍ਰੋਟੋਕੋਲ ਹੈ ਇਹ ਈਮੇਲ ਭੇਜਣ ਵਾਸਤੇ ਯੂਜ਼ ਕੀਤੀ ਜਾਂਦੀ ਹੈ ਕੁਐਸਚਨ ਨੰਬਰ 15 ਨਿਕਾਲ ਕਰੀਏ ਐਚ ਟੀ ਟੀ ਪੀ ਦਾ ਪੂਰਾ ਰੂਪ ਕੀ ਹੈ ਤਾਂ ਇਹ ਸਭ ਨੂੰ ਪਤਾ ਹੋਵੇਗਾ 옵ਸ਼ਨ ਨੰਬਰ ਏ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਇਜ਼ ਦਾ ਪੂਰਾ ਰੂਪ ਹੈ 옵ਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ